ਸਤਿ ਸ਼੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਇਸ ਪੰਜਾਬ ਮੈਂ ਜਿੰਨੀ ਮਰ ਜਾਣੀ ਤੇ ਅੱਜ ਅਸੀਂ ਜੀਰਕਪੁਰ ਥਾਣੇ ਪਹੁੰਚੇ ਹੋਏ ਆ ਤੇ ਰੀਜਨ ਹੈ ਦੋਸਤੋ ਸੋਨੂੰ ਸੇਠੀ ਜੀ ਸੇਠੀ ਢਾਬੇ ਵਾਲੇ ਕੁਝ ਕੁ ਦਿਨਾਂ ਦੇ ਮੀਡੀਆ ਦੇ ਵਿੱਚ ਚਰਚਾ ਦੇ ਵਿੱਚ ਆ ਰੀਜਨ ਇਹ ਆ ਕਿ ਉਹਨਾਂ ਨੇ ਗੁਰਬਾਣੀ ਦੀ ਬਾਣੀ ਜਿਹੜੀ ਆ ਉਹ ਇੱਕ ਤੀਆਂ ਦਾ ਤਿਉਹਾਰ ਸੀਗਾ ਉੱਥੇ ਗਾਈ ਆ ਤੇ ਨਾਲ ਦੇ ਨਾਲ ਭੰਗੜਾ ਪਾਇਆ ਤੇ ਇਸ ਦੇ ਨਾਲ ਦੋਸਤੋ ਜਿਹੜੇ ਸਿੱਖ ਧਰਮ ਨੂੰ ਬਿਲੋਂਗ ਕਰਦੇ ਆ ਉਹਨਾਂ ਦੇ ਮਨਾਂ ਨੂੰ ਠੇਸ ਪਹੁੰਚੀ ਆ ਤੇ ਗਲਤੀ ਬਹੁਤ ਵੱਡੀ ਉਹਨਾਂ ਨੇ ਕਰ ਲਈ ਆ ਉਹਦੀ ਮਾਫੀ ਵੀ ਮੰਗ ਲਈ ਆ ਪਰ ਫਿਰ ਵੀ ਜਿਹੜਾ ਸਿੱਖ ਜਥੇਬੰਦੀਆਂ ਵੱਲੋਂ ਉਹਨਾਂ ਦੇ ਉੱਤੇ ਪਰਚਾ ਕੀਤਾ ਗਿਆ ਤੇ ਉਹਨਾਂ ਦੀ ਅਰੈਸਟ ਕੀਤੀ ਗਈ ਆ ਤੇ ਉਸੇ ਜਾਣਕਾਰੀ ਵਾਸਤੇ ਅਸੀਂ ਇੱਥੇ ਪਹੁੰਚੇ ਹਾਂ ਚੱਲਦੇ ਹਾਂ ਅੰਦਰ ਤੇ ਇੱਥੇ ਤੇ SHO ਸਾਹਿਬ ਦੇ ਨਾਲ ਕਰਾਂਗੇ ਗੱਲਬਾਤ ਤੇ ਕੀ ਫਰਦਰ ਇਨਕੁਆਇਰੀ ਜਿਹੜੀ ਹੈਗੀ ਆ ਜਾਂ ਫਰਦਰ ਐਕਸ਼ਨ ਕੀ ਲੈਣਗੇ ਉਹ ਚੱਲਦੇ ਹਾਂ ਅੰਦਰ ਦੋਸਤੋ ਸਰ ਸੋਨੂੰ ਸੇਠੀ ਜੀ ਜੋ ਇੱਕ ਆਪਾਂ ਕਹਿ ਲਈਏ ਕਿ ਬਹੁਤ ਹੀ ਫੇਮਸ ਹਸਤੀ ਹੈਗੀ ਜੀਰਕਪੁਰ ਦੇ ਚੰਡੀਗੜ੍ਹ ਦੇ ਏਰੀਏ ਦੇ ਵਿੱਚ ਸਮਾਜ ਸੇਵੀ ਵੀ ਹੈਗੇ ਆ ਅਤੇ ਥੋੜ੍ਹੇ ਕੁ ਦਿਨਾਂ ਤੋਂ ਲੈ ਕੇ ਆਪਾਂ ਜੇ ਕਹਿ ਲਈਏ ਕਿ ਉਹਨਾਂ ਨੇ ਛੋਟੀ ਜਿਹੀ ਵਿੰਨੀ ਗਲਤੀ ਵੱਡੀ ਵੀ ਹੋ ਗਈ ਆ ਅਤੇ ਕੀ ਸਿਚੁਏਸ਼ਨ ਹੈ ਐਟ ਦ ਮੂਮੈਂਟ ਹਾਂਜੀ ਸਾਡੇ ਕੋਲ ਕੱਲ੍ਹ ਸਮਾਜ ਸੇਵੀ ਜਥੇਬੰਦੀਆਂ ਵੱਲੋਂ ਸਰ ਜਸਵਿੰਦਰ ਸਿੰਘ ਰਾਜਪੁਰਾ ਦੇ ਰਹਿਣ ਵਾਲੇ ਆ ਉਹਨਾਂ ਨੇ ਕੱਲ੍ਹ ਸਾਨੂੰ ਕੰਪਲੇਂਟ ਕੀਤੀ ਸੀ ਕਿ ਸੋਨੂੰ ਸੇਠੀ ਇਲੀਸ ਵਿਜੇ ਕੁਮਾਰ ਜੋ ਸੇਠੀ ਢਾਬਾ ਚਲਾਉਂਦਾ ਜੀਰਕਪੁਰ 'ਚ ਇਹਨੇ 12 ਤਰੀਕ ਨੂੰ ਇੱਥੇ ਤੀਆਂ ਦਾ ਤਿਉਹਾਰ ਮਨਾਇਆ ਸੀ ਉਸ ਸਮੇਂ ਇਹਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਬਾਣੀ 'ਚੋਂ ਕੁਝ ਤੁਕਾਂ ਬੋਲੀਆਂ ਸੀ ਜਿਨ੍ਹਾਂ ਨੂੰ ਥੋੜ੍ਹਾ ਜਿਹਾ ਤੋੜ ਮੋੜ ਕੇ ਇਹਨੇ ਪੇਸ਼ ਕੀਤਾ ਔਰ ਉਹਦੇ 'ਤੇ ਨਾਲ ਲੇਡੀਜ਼ ਨਾਲ ਲੈ ਕੇ ਡਾਂਸ ਕੀਤਾ ਇਹਦੇ ਸੰਬੰਧੀ ਸਿੱਖ ਜਗਤ ਜਿਹੜੇ ਗੁਰੂ ਗ੍ਰੰਥ ਸਾਹਿਬ ਨਾਲ ਅਟੈਚ ਨੇ ਉਹਨਾਂ ਨੇ ਇਹਦਾ ਨਾਰਾਜ਼ਗੀ ਜ਼ਾਹਰ ਕੀਤੀ ਸੀ ਅਤੇ ਜੋ ਕਾਨੂੰਨ ਦੇ ਖਿਲਾਫ਼ ਸੀ ਇਹਨੇ ਜੋ ਬੋਲਿਆ ਫਿਰ ਅਸੀਂ 295 APC ਦੇ ਤਹਿਤ 452 ਨੰਬਰ FIR ਕੱਲ੍ਹ ਦਰਜ ਕਰਕੇ ਅਤੇ ਇਹਨੂੰ ਸੋਨੂੰ ਸੇਠੀ ਇਲੀਸ ਵਿਜੇ ਕੁਮਾਰ ਨੂੰ ਕੱਲ੍ਹ ਅਰੈਸਟ ਕਰ ਲਿਆ ਸੀ ਇਹਨੂੰ ਅੱਜ ਕੋਰਟ 'ਚ ਪੇਸ਼ ਕੀਤਾ ਜਾਵੇਗਾ ਅਤੇ ਤੁਹਾਨੂੰ ਕੀ ਲੱਗਦਾ ਆ ਵੀ ਕਿੱਦਾਂ ਦੀ ਉਹਨਾਂ ਦੇ ਉੱਤੇ ਫਰਦਰ ਇਨਵੈਸਟੀਗੇਸ਼ਨ ਹੋ ਸਕਦੀ ਆ ਜਾਂ ਫਰਦਰ ਕੁਛ ਇੱਦਾਂ ਦਾ ਹੋ ਸਕਦਾ ਉਹਨਾਂ ਦੇ ਅਗੇਂਸਟ ਮੈਡਮ ਲੱਗਦਾ ਨਹੀਂ ਕੀਤਾ ਉਹਨੇ ਗਲਤੀ ਕੀਤੀ ਸੀ ਉਹਦੇ ਖਿਲਾਫ਼ ਐਕਸ਼ਨ ਕਰ ਦਿੱਤਾ ਹੈ ਉਹਨੂੰ ਕੋਰਟ 'ਚ ਪੇਸ਼ ਕਰਕੇ ਰਿਮਾਂਡ ਵੀ ਲਵਾਂਗੇ ਔਰ ਇਹਦੇ 'ਚ ਕਿਸੇ ਦੀ ਹੋਰ ਇਨਵੋਲਵਮੈਂਟ ਹੋਈ ਤਾਂ ਉਹਨੂੰ ਵੀ ਅਸੀਂ ਅਰੈਸਟ ਕਰਾਂਗੇ ਉਹਨੇ ਅਫੈਂਸ ਕੀਤਾ ਅਤੇ ਇਸ ਕਰਕੇ ਉਹਨੂੰ ਅਰੈਸਟ ਕੀਤਾ ਗਿਆ ਇਹਦੇ ਖਿਲਾਫ਼ ਪ੍ਰੋਪਰ ਚਾਰਜਸ਼ੀਟ ਦੇਵਾਂਗੇ ਔਰ ਅਸੀਂ ਇਸ ਤਰ੍ਹਾਂ ਦਾ ਕੋਈ ਬਰਦਾਸ਼ਤ ਨਹੀਂ ਕਰਾਂਗੇ ਜਿਹੜਾ ਆਊਟ ਆਫ ਲਾਅ ਹੈਗਾ ਕੋਈ ਬ੍ਰੇਕ ਕਰਦਾ ਅਤੇ ਉਹਨੂੰ ਤਾਂ ਲੀਗਲੀ ਐਕਸ਼ਨ ਕਰਨਾ ਪੁਲਿਸ ਦੀ ਬੇਸਿਕ ਡਿਊਟੀ ਆ ਤੁਹਾਨੂੰ ਕੀ ਲੱਗਦਾ ਕਿੱਦਾਂ ਦੀ ਸਜ਼ਾ ਹੋ ਸਕਦੀ ਹੈ ਪਨਿਸ਼ਮੈਂਟ ਕਿੱਦਾਂ ਦੀ ਮਿਲ ਸਕਦੀ ਹੈ ਮੈਡਮ ਇਹ ਸਜ਼ਾ ਦੇਣਾ ਸਾਡਾ ਕੰਮ ਇਨਵੈਸਟੀਗੇਸ਼ਨ ਕਰਕੇ ਅਕਿਊਜ਼ ਦੇ ਖਿਲਾਫ਼ ਅਸੀਂ ਚਾਰਜਸ਼ੀਟ ਕੋਰਟ ਦੇਣੀ ਹੈ ਅਤੇ ਕੋਰਟ ਨੇ ਸਜ਼ਾ ਦੇਣੀ ਹੈ ਜੀ ਉਹਨੂੰ ਅਤੇ ਅੱਜ ਉਹਨਾਂ ਦੀ ਕੋਰਟ ਵਿੱਚ ਪੇਸ਼ੀ ਹੈਗੀ ਆ ਹਾਂ ਅੱਜ ਉਹ ਕੋਰਟ ਗਏ ਪੇਸ਼ਣ ਵਾਸਤੇ ਅਤੇ ਦੋਸਤੋ ਤੁਹਾਡੇ ਨਾਲ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਅਤੇ ਨਾਲ ਦੀ ਨਾਲ SHO ਸਾਹਿਬ ਦੇ ਬਿਆਨ ਜਿਹੜੇ ਹੈਗੇ ਆ ਉਹ ਵੀ ਸਾਂਝੇ ਕੀਤੇ ਆ ਅਤੇ ਦੋਸਤੋ ਜਿਹੜੀ ਆਊਟਕਮ ਕੋਰਟ ਦੇ ਵਿੱਚੋਂ ਆਊਗੀ ਉਹ ਵੀ ਤੁਹਾਡੇ ਨਾਲ ਆਪਾਂ ਸਾਂਝੀ ਕਰਾਂਗੇ ਤਦ ਤੱਕ ਦੇਖਦੇ ਰਹੋ 105 ਮੈਨੂੰ ਦੇਵੋ ਇਜਾਜ਼ਤ ਸਤਿ ਸ਼੍ਰੀ ਅਕਾਲ